ਕੁਸ਼ਤੀ ਜਿੱਤ ਲਈ ਹੈ ਮੋਹਾਲੀ ਵਾਲਾ। ਇਹ ਅਮਰੀਕ ਪਹਿਲਵਾਨ ਦਾ ਚੱਲਿਆ ਹੋਇਆ ਹੈ, ਪਰਸ਼ ਵਾਲੇ ਦਾ ਹਰਮਨ ਜਿਹੜਾ ਕੁਸ਼ਤੀ ਜਿੱਤ ਗਿਆ ਜੀ। ਆਓ ਸਤਿੰਦਰ ਸਿੰਘ ਮੋਹਾਲੀ ਰੈੱਡ ਕੋਸਟਿਊਮ ਦੇ ਵਿੱਚ ਦੇ ਨਾਲ ਸ਼ੌਰਿਆ ਚੰਦੇਲ ਬੱਦੀ ਬਲੂ ਕੋਸਟਿਊਮ ਦੇ ਵਿੱਚ ਕਰਾਓ ਜੀ ਕੁਸ਼ਤੀ ਸ਼ੁਰੂ। ਇਸ ਤੋਂ ਬਾਅਦ ਜਿਹੜੀ ਕੁਸ਼ਤੀ ਹੋਣੀ ਹੈ ਨੋਟ ਕਰਿਓ, ਸ਼ਿਵਮ ਲਾਟਵਾ ਮੋਹਾਲੀ ਤੇ ਵੰਸ਼ ਠਾਕੁਰ ਬਿਲਾਸਪੁਰ। ਹਾਂਜੀ ਹੱਥ ਖੜਾ ਕਰਾਇਆ ਜੀ ਸਤਿੰਦਰ ਪਹਿਲਵਾਨ ਰੈੱਡ ਕੋਸਟਿਊਮ ਦੇ ਵਿੱਚ ਮੋਹਾਲੀ ਤੇ ਸ਼ੌਰਿਆ ਚੰਦੇਲ ਬੱਦੀ ਬਲੂ ਕੋਸਟਿਊਮ ਦੇ ਵਿੱਚ। ਬਹੁਤ ਵਧੀਆ ਜਿਹੜੇ ਰੋਮਾਂਚਕ ਜਿਹੜੇ ਮੁਕਾਬਲੇ ਹੈ ਆਪਾਂ ਵੇਖ ਰਹੇ ਮੁੱਲਾ ਪਰ ਗਰੀਬ ਦਲ ਦੀ ਧਰਤੀ ਤੇ। ਲਓ ਸ਼ਾਨਦਾਰ ਪਹਿਲੀ ਕੋਸ਼ਿਸ਼ ਜਿਹੜੀ ਮੈਂ ਲੱਗਦਾ ਵੀ ਸਫਲਤਾ ਦੇ ਵੱਲ ਸ਼ੌਰਿਆ ਦੇ ਵੱਲੋਂ ਚੰਦੇਲ ਦੇ ਵੱਲੋਂ ਦੋ ਅੰਕਾਂ ਦਾ ਵਾਧਾ ਜਿਹੜਾ ਉਹ ਚੰਗੇ ਹੈ ਬੱਦੀ ਦੇ ਧਰਤੀ ਤੇ ਜਿੱਥੇ ਕਹਿੰਦੇ ਵੀ ਗੱਲ ਐਨ ਪ੍ਰਸਿੱਧ ਬੁਲਾਰਾ ਸਾਡਾ ਸਾਥੀ ਬੁਲਾਰਾ ਹੈ ਸ਼ਿਵ ਬੈਂਸ ਸਾਡਾ ਵੀਰ ਹੈ। ਲਓ ਬਹੁਤ ਵਧੀਆ ਜਿਹੜੇ ਉਪਰਾਲੇ ਜਿਹੜੇ ਕੀਤੇ ਜਾ ਰਹੇ ਹੈ ਕੁਸ਼ਤੀ ਦੇ ਲਈ ਖੇਡਾਂ ਦੇ ਪ੍ਰਤੀ ਜਿਹੜੇ ਇਹ ਬੜੇ ਮਾਣ ਵਾਲੀ ਗੱਲ ਹੈ ਵੀ ਇਲਾਕੇ ਦੇ ਵਿੱਚ ਪਹਿਲ ਦਿੱਤੀ ਗਈ ਹੈ। ਜਿੱਥੇ ਕੱਲ ਸਾਰਾ ਦਿਨ ਆਪਾਂ ਵੇਖਿਆ ਵੀ ਬੱਚਿਆਂ ਦੇ ਜਿਹੜੇ ਮੁਕਾਬਲੇ ਕਰਵਾਏ ਗਏ ਹੈ ਪਰ ਅੱਜ ਇਹ ਕੰਬਾਈਨ ਮੁਕਾਬਲੇ ਹੈ ਮੁੰਡਿਆਂ ਦੇ ਨਾਲ ਕੁੜੀਆਂ ਵੀ ਭਿੜ ਰਹੀਆਂ ਨੇ ਤੇ ਜਿੱਥੇ ਆਪਾਂ ਵੇਖਦੇ ਵੀ ਸਾਹਮਣੇ ਪਰ ਹੁਣ ਦੋਨੋਂ ਬੱਚਿਆਂ ਦੇ ਦਰਮਿਆਨ ਇਹ ਜਿਹੜਾ ਮੁਕਾਬਲਾ ਹੈ। ਇਸ ਤੋਂ ਬਾਅਦ ਜਿਹੜਾ ਮੁਕਾਬਲਾ ਹੋਣਾ ਜੀ ਨੋਟ ਕਰਿਓ, ਸ਼ਿਵਮ ਲਾਟਵਾ ਮੋਹਾਲੀ ਤੇ ਵੰਸ਼ ਠਾਕੁਰ ਬਿਲਾਸਪੁਰ। ਤਿਆਰ ਰਹੋ ਅਗਲੇ ਮੁਕਾਬਲੇ ਲਈ। ਬਲੈਕ ਟਾਈਗਰ ਸਕੂਟੀ ਧਿਆਨ ਦੀ ਕੋਚ ਤੋਂ ਇਲਾਵਾ ਕਿਸੇ ਨੂੰ ਖੜਾ ਨਾ ਦਿਓ ਬੇਨਤੀ ਹੈ। ਕੋਚ ਸਾਹਿਬਾਨ ਜਿਹੜੇ ਨਾਲ ਇੱਕ ਜਿਹੜਾ ਪਾਣੀ ਵਾਲਾ ਵੀਰ ਖੜਕਣਾ, ਬਾਕੀ ਜਿਹੜੇ ਕੋਈ ਵੀ ਨਾ ਖੜੇ ਹੋਏ ਬੇਨਤੀ ਹੈ ਜੀ। ਲੈ ਵੀ ਅਵਤਾਰ ਸਿੰਘ ਤੋਚੀ ਜ਼ਿੰਮੇਵਾਰੀਆਂ ਵੱਧ ਗਈਆਂ, ਆਪਾਂ ਨੇ ਜ਼ਰੂਰ ਫੋਲੋ ਕਰਨਾ ਵੀ ਸਿਰਫ਼ ਇੱਕ ਕੋਚ, ਹਾਂ ਇੱਕ ਪਾਣੀ ਵਾਲਾ ਵੀਰ, ਇੱਕ ਜਿਹੜਾ ਉਹਦੇ ਨਾਲ ਪਾਣੀ ਪਿਲਾਉਣ ਲਈ ਪਲੇਅਰ ਲਈ ਸਿਰਫ਼ ਦੋ ਬੰਦੇ ਜਿਹੜੇ ਆਪਾਂ ਨੇ ਕਾਰਨਰ ਤੇ ਖੜਨ ਦੇਣੇ ਆ। ਇਸ ਤੋਂ ਬਾਅਦ ਜਿਹੜਾ ਮੁਕਾਬਲਾ ਸ਼ਿਵਮ ਲਾਟਵਾ ਮੋਹਾਲੀ ਤੇ ਨਾਲ ਵੰਸ਼ ਠਾਕੁਰ ਬਿਲਾਸਪੁਰ ਤਿਆਰ ਰਹਿਣ। ਪੰਤਾਲੀ ਕਿਲੋ ਦਾ ਦੂਜਾ ਰਾਊਂਡ ਵੀ ਜਿਹੜਾ ਨਾਲ ਹੀ ਹੋਣਾ ਹੈ ਇਹ ਨੋਟ ਕਰਿਓ। ਮੈਨੂੰ ਲੱਗਦਾ ਦੋ ਕੁਸ਼ਤੀਆਂ ਬਾਕੀ ਨੇ ਇਸ ਰਾਊਂਡ ਦੀਆਂ, ਉਸ ਤੋਂ ਬਾਅਦ ਜਿਹੜਾ ਦੂਜਾ ਰਾਊਂਡ ਸ਼ੁਰੂ ਹੋ ਜਾਣਾ ਨੋਟ ਕਰਨਗੇ ਸਾਰੇ ਜਿਹੜੀ 45 ਕੇਜੀ ਤੇ ਗਰਲਸ 50 ਕੇਜੀ ਜਿਹੜੀਆਂ ਤਿਆਰ ਰਹਿਣ। 4-2 ਰੈੱਡ ਕੋਸਟਿਊਮ ਦੇ ਵਿੱਚ ਸਤਿੰਦਰ ਸਿੰਘ ਮੋਹਾਲੀ ਦੇ 4 ਤੇ ਸ਼ੌਰਿਆ ਚੰਡੇਲ ਬੱਦੀ ਦੇ 2, ਦੋ ਪੁਆਇੰਟਾਂ ਦੀ ਫਰਕ ਦੇ ਨਾਲ ਜਿਹੜਾ ਮੁਕਾਬਲਾ ਚੱਲ ਰਿਹਾ ਹੈ। ਬਹੁਤ ਵਧੀਆ ਜਿਹੜੀ ਟੱਕਰ ਹੈ, ਬਰਾਬਰੀ ਦੀ ਟੱਕਰ ਹੈ ਦੋਨੋਂ ਪਹਿਲਵਾਨਾਂ ਦਰਮਿਆਨ ਔਰ ਸਿਰੇ ਦੇ ਜਿਹੜੇ ਪਹਿਲਵਾਨ ਆਪਾਂ ਵੇਖ ਰਹੇ ਵੀ ਅੱਜ ਇਸ ਧਰਤੀ ਤੇ ਮੁੱਲਾ ਪਰ ਗਰੀਬ ਦਾਸ ਦੀ ਧਰਤੀ ਹੈ ਜ਼ਿਲ੍ਹੇ ਮੋਹਾਲੀ ਦਾ ਐਸ ਏ ਐਸ ਨਗਰ ਦੀ ਗੱਲ ਤੁਰਦੀ ਹੈ।
ਔਰ ਭਾਗਾ ਵਾਲੀ ਧਰਤੀ ਜਿੱਥੇ ਚੋਟੀ ਦੇ ਰੁਸਤਮ ਹਰ ਸਾਲ ਜਦੋਂ ਛਿੰਝ ਹੁੰਦੀ ਹੈ ਤੇ ਐਨ ਸਿਰੇ ਦੇ ਮਨ ਪੁੱਜਦੇ ਇਸ ਧਰਤੀ ਤੇ, ਲੋਕਾਂ ਨੂੰ ਉਡੀਕ ਹੁੰਦੀ ਹੈ ਵੀ ਮੁੱਲਾ ਪ੍ਰਗਟ ਦਾਸ ਦਾ ਦੰਗਲ ਕਦੋਂ ਹੈ। ਔਰ ਇਹ ਵੱਡੇ ਉਪਰਾਲੇ ਕੀਤੇ ਭਰਾਵਾਂ ਨੇ ਵੀ ਮੈਟ ਦੇ ਉੱਤੇ ਵੱਡੇ ਪੱਧਰ ਤੇ ਚੈਂਪੀਅਨਸ਼ਿਪ ਜਿਹੜੀ ਕਰਵਾਈ ਜਾ ਰਹੀ ਹੈ। ਲੋ ਉਧਰ ਸਤਿੰਦਰ ਹੋਲਡ ਕਰਦਾ ਹੋਇਆ ਬਾਈ ਫਾਲ, ਮੈਨੂੰ ਲੱਗਦਾ ਵੀ ਕੁਸ਼ਤੀ ਜਿਹੜੀ ਜਿੱਤ ਗਿਆ ਸਤਿੰਦਰ, ਮੋਹਾਲੀ ਜਿੱਤਿਆ ਕੁਸ਼ਤੀ, ਤਾੜੀ ਮਾਰੋ ਦੱਬ ਕੇ ਇੱਕ ਵਾਰੀ, ਹੌਸਲਾ ਵਧਾਇਆ ਕਰੀਏ ਪਹਿਲਾਂ ਪਲੇਅਰਾਂ ਨੂੰ, ਮੇਰੀ ਬੇਨਤੀ ਹੈ ਸਾਰੇ ਦਰਸ਼ਕ ਵੀਰਾਂ ਨੂੰ। ਆਓ ਜੀ ਸ਼ਿਵਮ ਲਾਟਵਾ ਮੋਹਾਲੀ ਤੇ ਵੰਸ਼ ਠਾਕੁਰ ਬਿਲਾਸਪੁਰ।